ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੀ ਸਾਹਮਣੇ ਪਜਾਵਾਂਗੇ ਇੱਕ ਬਹੁਤ ਮਹੱਤਵਪੂਰਨ ਮੁੱਦਾ ਅਤੇ ਉਸ ਦਾ ਤੁਹਾਨੂੰ ਪਿਛੋਕੜ ਤੇ ਇਤਿਹਾਸ ਵੀ ਦੱਸਾਂਗੇ ਤੋਂ ਇਸ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਹਦੀ ਬੈਲ ਆਈਕਨ ਵੋ ਤਾਂ ਜੋ ਸਿੱਧੀ ਵੀਡੀਓ ਜੋ ਹੈ ਤੁਹਾਡੇ ਤੱਕ ਪਹੁੰਚੇ ਕਮਿਊਨੀਕੇਸ਼ਨ ਪਹੁੰਚੇ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਅੰਮ੍ਰਿਤ ਪ੍ਰਸਾਰ ਤੇ ਅਤੇ ਮੇਰੀ ਆਪ ਜੀ ਨੂੰ ਇਹ ਵੀ ਗੁਜਾਰਿਸ਼ ਹੈ ਕਿ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰੋ ਸੋ ਅੱਜ ਦਾ ਮੁੱਦਾ ਇਹ ਹੈ ਕਿ ਬਾਦਲ ਕਾਲੀ ਦਲ ਦਾ ਕੱਲ 2 ਦਸੰਬਰ ਦਿਨ ਦੇ 3 ਵਜੇ ਭੋਗ ਪੈ ਗਿਆ ਨਾਮੋ ਨਿਸ਼ਾਨ ਮਿਟ ਗਿਆ ਸੋ ਇਹ ਜੋ ਸਾਰਾ ਕਰਤਵ ਹੈ ਕਿ ਸੰਤਰ ਚਰਨ ਸਿੰਘ ਲੋਂਗੋਵਾਲ ਦੀ ਜਦੋਂ ਕਤਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਅਕਾਲੀ ਦਲ ਉੱਪਰ ਬਾਦਲ ਪਰਵਾਰ ਦਾ ਕਬਜ਼ਾ ਹੋਇਆ ਜਿਹੜਾ ਕਿ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੁਣਾਏ ਗਏ ਫੈਸਲੇ ਅਕਾਲ ਤਖਤ ਦੀ ਫਸੀਲ ਤੋਂ ਫੈਸਲੇ ਸੁਣਾਏ ਗਏ ਅਤੇ ਅਕਾਲ ਤਖਤ ਦੇ ਇਹਨਾਂ ਫੈਸਲਿਆਂ ਨਾਲ ਬਾਦਲ ਕਾਲੀਦਲ ਦਾ ਸਦਾਲੀ ਪੈ ਗਿਆ ਭੋਗ ਨਵੀਂ ਬਣਾਤੀ ਉਹਨਾਂ ਨੇ ਕਮੇਟੀ ਜਿਹੜੀ ਫਸੀਲ ਤੋਂ ਅਨਾਉਂਸ ਕੀਤੀ ਸੀ ਪੰਜ ਨਾਂ ਪਰ ਉਸ ਤੋਂ ਬਾਅਦ ਉਹਦੇ ਵਿੱਚ ਦੋ ਹੋਰ ਨਾਂ ਦਰਜ ਕਰ ਦਿੱਤੇ ਤੋਂ ਹੁਣ ਇਹ ਕਮੇਟੀ ਜਿਉ ਹੈ ਇਹ ਸਾਰੀ ਨਵੀਂ ਭਰਤੀ ਕਰੇਗੀ ਔਰ ਇਹ ਹੀ ਸਾਰਾ ਨਵਾਂ ਪ੍ਰਬੰਧ ਦੇਖੇਗੀ ਸੁਖਬੀਰ ਬਾਦਲ ਬਾਰੇ ਤਾਂ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹਨੂੰ ਨੈਤਿਕ ਤੌਰ ਤੇ ਪਾਰਟੀ ਨੂੰ ਲੀਡ ਕਰਨ ਦਾ ਕੋਈ ਅਧਿਕਾਰ ਨਹੀਂ ਔਰ ਅਕਾਲ ਤਖਤ ਦੇ ਆਦੇਸ਼ ਅਨੁਸਾਰ 3 ਦਿਨਾਂ ਦੇ ਵਿੱਚ ਵਿੱਚ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਉਸ ਦਾ ਅਸਤੀਫਾ ਵੀ ਕਬੂਲ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਉਸ ਦੀ ਸੂਚਨਾ ਦੇਣੀ ਹੈ ਸੋ ਇਸ ਦੋਖੀ ਪਰਿਵਾਰ ਦਾ ਉਗ ਪਿਆ ਨਵੇਂ ਕਿਸਮ ਦੀ ਸਿਆਸਤ ਦਾ ਹੁਣ ਮੋੜ ਬੱਜੇਗਾ ਕਿਉਂਕਿ ਜਿਹੜੀ ਹੁਣ ਨਵੀਂ ਭਰਤੀ ਹੋਣੀ ਹੈ ਉਸ ਭਰਤੀ ਵਿੱਚੋਂ ਹੀ ਡੈਲੀਗੇਟ ਚੁਣੇ ਜਾਣੇ ਨੇ ਉਸ ਵਿੱਚੋਂ ਹੀ ਵਰਕਿੰਗ ਕਮੇਟੀ ਉਸ ਵਿੱਚੋਂ ਹੀ ਕੋਰ ਕਮੇਟੀ ਅਤੇ ਡੈਲੀਗੇਟਸ ਆਪਣਾ ਨਵਾਂ ਪ੍ਰਧਾਨ ਚੁਣਨਗੇ ਇਹਦੇ ਲਈ ਅਕਾਲ ਤਖਤ ਸਾਹਿਬ ਨੇ ਜੋ ਕਮੇਟੀ ਅਨਾਉਂਸ ਕੀਤੀ ਇਹਦੇ ਨਾਮ ਹੈ ਬਾਦ ਦਸਤਾ ਪਰ ਉਹਨਾਂ ਨੇ ਕਿਹਾ ਕਿ 6 ਮਹੀਨੇ ਦਾ ਸਮਾਂ ਇਹਦੇ ਵਿੱਚ ਸਾਰੀ ਕਾਰਵਾਈ ਪੂਰੀ ਕੀਤੀ ਜਾਏ ਇਹ ਬਣੇਗਾ ਸ਼੍ਰੋਮਣੀ ਅਕਾਲੀ ਦਲ ਤਖਸਿਰ ਅਕਾਲ ਤਖਤ ਸਾਹਿਬ ਦੀ ਦਿਸ਼ਾ ਨਿਰਦੇਸ਼ ਦੀ ਔਰ ਇਹਦੇ ਵਿੱਚ ਕੋਈ ਹੈਂਕੀ ਪੈਂਕੀ ਬੇਈਮਾਨੀ ਧੋਖਾ ਚਲਾਕੀ ਜੋ ਪ੍ਰਕਾਸ਼ ਸਿੰਘ ਬਾਦਲ ਦਾ ਖਾਨਦਾਨ ਕਰਦਾ ਆ ਰਿਹਾ ਹੈ ਜਾਂ ਤਨਖਾਈਆ ਸੁਖਬੀਰ ਬਾਦਲ ਕਰਦਾ ਆ ਰਿਹਾ ਉਹ ਹੁਣ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਬਹੁਤ ਸਾਰੇ ਮੰਤਰੀਆਂ ਨੇ ਤਾਂ ਸੁਖਬੀਰ ਨਾਲੋਂ ਆਪਣਾ ਰਿਸ਼ਤਾ ਜਿਹੜਾ ਉਹ ਅਕਾਲ ਤਖਤ ਦੇ ਸਾਹਮਣੇ ਵੀ ਤੋੜ ਹੀ ਲਿਆ ਜਿਵੇਂ ਕਿ ਵਿਕਰਮ ਮਜੀਠੀਆ ਨੇ ਕਿਹਾ ਵੀ ਸਾਡਾ ਇਹਨਾਂ ਦੇ ਫੈਸਲਿਆਂ ਨਾਲ ਕੋਈ ਸਬੰਧ ਨਹੀਂ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੀ ਗਲਤੀ ਹੈ ਕਿ ਉਹਨਾਂ ਨੇ ਇਹਦੇ ਤੇ ਇਤਰਾਜ਼ ਕਿਉਂ ਨਹੀਂ ਉਠਾਇਆ ਪਰ ਇਸ ਫੈਸਲੇ ਨਾਲ ਕੋਈ ਸਬੰਧ ਨਹੀਂ ਹਾਲਾਂਕਿ ਉਹ ਸੁਖਬੀਰ ਬਾਦਲ ਦੇ ਸਾਲੇ ਹਨ ਉਹਦੀ ਧਰਮ ਪਤਨੀ ਸਿਮਰਤ ਕੌਰ ਦਾ ਭਰਾ ਹੈ ਔਰ ਉਹਨੇ ਬੜੀਆਂ ਮੋਜਾਂ ਮਾਣੀਆਂ ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਅਕਾਲੀ ਦਲ ਨੂੰ ਸਿੱਖ ਕੌਮ ਨੂੰ ਸਿੱਖ ਪੰਥ ਸੋ ਇਹ ਜਿਹੜਾ ਭੋਗ ਪਿਆ ਇਸ ਭੋਗ ਦਾ ਸਭ ਪਾਸੇ ਅਸੀਂ ਪਤਾ ਕੀਤਾ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਇਕ ਕਲੰਕਤ ਪਰਿਵਾਰ ਤੋਂ ਖੜਾ ਛੁੱਟਾ ਅਕਾਲੀ ਦਲ ਦਾ ਔਰ ਜੋ ਇਹਨੇ ਲੰਮੇ ਸਮੇਂ ਤੋਂ ਯਾਨੀ ਪੰਜ ਵਾਰੀ ਚੀਫ ਮਨਿਸਟਰ ਰਹੇ 19 ਸਾਲ ਉਹਨਾਂ ਨੇ ਪੰਜਾਬ ਉੱਤੇ ਚੀਫ ਮਨਿਸਟਰੀ ਕੀਤੀ ਔਰ ਕੋਈ 35-38 ਸਾਲ ਬਾਦਲ ਕਾਲੀ ਦਲ ਦੇ ਉਹ ਪ੍ਰਧਾਨ ਰਹੇ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਮੰਜੀ ਵਿੱਚ ਕਿਲ ਠੋਕਿਆ ਉਹਨਾਂ ਨੂੰ ਜ਼ੀਰੋ ਕਰ ਦਿੱਤਾ ਅਕਾਲ ਤਖਤ ਸਾਹਿਬ ਨੇ ਉਹਨਾਂ ਦਾ ਫਖਰੇ ਕੌਮ ਦਾ ਜੋ ਕਿਤਾਬ ਸੀ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਤੋਂ ਮੈਨੀਪੂਲੇਟ ਕਰਵਾਇਆ ਸੀ ਤੇ ਉਸ ਤੋਂ ਲਿਆ ਸੀ ਕਿਉਂਕਿ ਗਿਆਨੀ ਬਰਗਵਚਨ ਸਿੰਘ ਨੂੰ 2007 ਤੋਂ ਲਗਾਇਆ ਗਿਆ ਸੀ ਅਕਾਲ ਤਖਤ ਦਾ ਜਥੇਦਾਰ ਉਹ 10 ਸਾਲ 2017 ਤੱਕ ਰਿਆ ਤੋ ਇਹ ਜਿਹੜੀ ਰਾਮ ਰਹੀਮ ਦੀ ਕੰਟਰੋਵਰਸੀ ਜਦੋਂ ਬਹੁਤ ਉੱਪਰ ਉਠਾਈ ਉਸ ਨੂੰ ਜਿਹੜੀ ਉਹਦੀ ਸਜ਼ਾ ਮਾਫ ਕਰਨ ਦੇ ਤਿੰਨ ਜੋ ਹੁਕਮਨਾਮੇ ਇਸ਼ੂ ਕੀਤੇ ਗਏ ਵਿਵਾਦਤ ਉਸ ਤੋਂ ਬਾਅਦ ਨੂੰ ਉਸ ਤੋਂ ਰਜਾਇਨ ਲੈ ਲਿਆ ਗਿਆ ਸੋ ਇਸ ਪਰਿਵਾਰ ਦਾ ਹੁਣ ਦਸ਼ਾ ਕੀ ਹੈ ਇਸ ਪਰਿਵਾਰ ਦੇ ਇਹ ਨਾਂ ਸੁਣੋ ਇਹ ਸਾਰਿਆਂ ਦੇ ਕੱਲ ਇਹਦੇ ਬਾਰੇ ਦੱਸ ਦਿਆਂ ਕਿ ਸਭ ਤੋਂ ਪਹਿਲੇ ਪ੍ਰਕਾਸ਼ ਸਿੰਘ ਬਾਦਲ ਮਹਿਰੂਮ ਬਾਦਲ ਕਾਲੀਦਾ ਲੀਡਰ ਦਾ ਫਖਰੇ ਕੌਮ ਦਾ ਖਿਤਾਬ ਮੋੜਨ ਦਾ ਆਦੇਸ਼ ਦੇ ਦਿੱਤਾ ਉਹਨਾਂ ਨੇ ਸਾਰੀ ਦੁਨੀਆ 'ਚ ਇਸ ਦੀ ਜੋ ਵੇਖੀ ਜਾ ਰਹੀ ਸੀ ਕਾਰਵਾਈ ਟੈਲੀਵਿਜ਼ਨਾਂ ਤੇ ਉਹਦੇ 'ਚ ਇਹ ਅਨਾਉਂਸਮੈਂਟ ਹੋਈ ਉਸ ਤੋਂ ਬਾਅਦ ਸੁਖਵੀਰ ਬਾਦਲ ਜੋ ਅਜੇ ਓਕੇ ਪ੍ਰਦਾਨ ਸੀ ਅਤੇ ਹਲੇ ਵੀ ਪ੍ਰਦਾਨ ਹਨ ਕਿਉਂਕਿ ਹਲੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਸੋ ਕੱਲ ਹੁਕਮ ਹੋਇਆ ਟੈਂਡੈਂਸ ਮਨਜ਼ੂਰ ਕਰਨਾ ਸੋ ਉਹਨਾਂ ਬਾਰੇ ਅਗਾਲ ਤਖਤ ਸਾਹਿਬ ਨੇ ਇਹ ਕਿਹਾ ਕਿ ਬੇ ਨੈਤਿਕ ਤੌਰ ਤੇ ਇਹ ਜਿਹੜੇ ਪੰਥ ਦੀ ਕਿਸੇ ਲੀਡ ਕਰਨ ਦਾ ਇਹਨਾਂ ਨੂੰ ਹਦਕਾਰ ਨਹੀਂ ਸੋ ਇਹ ਜਿਹੜਾ ਇੱਕ ਸੈਂਟੈਂਸ ਹੈ ਕਿ ਨੈਤਿਕ ਤੌਰ ਤੇ ਉਹ ਇਹ ਨੇ ਇੱਕ ਦਿਸ਼ਾ ਨਿਰਦੇਸ਼ ਸਾਬਤ ਕਰ ਦਿੱਤਾ ਕਿ ਹੁਣ ਸੁਖਬੀਰ ਬਾਦਲ ਪ੍ਰਧਾਨ ਨਹੀਂ ਬਣਨਗੇ ਜੋ ਨਵਾਂ ਸ਼੍ਰੋਮਣੀ ਅਕਾਲੀ ਦਲ ਬਣ ਰਿਹਾ ਔਰ ਦੂਜਾ ਤੀਸਰਾ ਨਾਂ ਹੈ ਵਿਕਰਮ ਮਜੀਠੀਆ ਇਹ ਸੁਖਬੀਰ ਬਾਦਲ ਦੇ ਸਾਲੇ ਹਨ ਰਸਿੰਦਰ ਅਰ ਸਿਮਰਤ ਕੌਰ ਸਾਹਿਬ ਕਾ ਮੰਤਰੀ ਕੇਂਦਰ ਦੀ ਅਤੇ ਮੈਂਬਰ ਪਾਰਲੀਮੈਂਟ ਬਠਿੰਡੇ ਤੋਂ ਉਹਨਾਂ ਦਾ ਇਹ ਪ੍ਰਾ ਹੈ ਦੇਸ਼ ਪ੍ਰਤਾਪ ਸਿੰਘ ਜੋ ਕਿ ਜੁਵਾਈ ਹਨ ਪ੍ਰਕਾਸ਼ ਸਿੰਘ ਬਾਦਲ ਦੇ ਔਰ ਉਸ ਤੋਂ ਬਾਅਦ ਹਨ ਇਹਨਾਂ ਦੇ ਦੂਰੋਂ ਰਿਸ਼ਤੇਦਾਰ 6ਵੇਂ ਲੀਡਰ ਜਨਮੇ ਜਾਸ ਸਿੰਘ ਸੇਖੋ ਸੋ ਇਹਨਾਂ ਦੇ ਗੱਲ ਚ ਤਕਤੀਆਂ ਪਾ ਦਿੱਤੀਆਂ ਗਈਆਂ ਤੇ ਤਖਤیاں ਵਾਲਿਆਂ ਨੂੰ ਤੇ ਕਦੀ ਵੀ ਪੰਥ ਮੂੜ ਕੇ ਕਬੂਲ ਨਹੀਂ ਕਰਦਾ ਮੈਨੂੰ ਤੇ ਐਵੇਂ ਹੀ ਲੱਗਦਾ ਬਈ ਹੋ ਸਕਦਾ ਬادل ਮਨਪਰੀਤ ਬادل ਪ੍ਰਕਾਸ਼ ਸਿੰਘ ਬادل ਇਹ ਸ਼ਾਇਦ ਹੁਣ ਬادل ਪਿੰਡ ਨੂੰ ਇੰਨੀ ਬਦਨਾਮੀ ਹੋ ਗਈ ਏ ਇਹਨਾਂ ਦੇ ਗੱਲ ਵਿੱਚ ਜਦੋਂ ਦੀਆਂ ਤਖਤیاں ਪਾ ਦਿੱਤੀਆਂ ਗਈਆਂ ਤੇ ਇਹਨਾਂ ਨੂੰ ਸੇਵਾ ਲਾ ਦਿੱਤੀ ਗਈ ਤਾਂ ਇਹ 6 ਮੈਂਬਰ ਜੋ ਰਿਸ਼ਤੇਦਾਰਾਂ ਪ੍ਰਕਾਸ਼ ਸਿੰਘ ਬਾਦਲ ਦੇ ਇਹ ਹੁਣ ਇਹਨਾਂ ਦਾ ਵੀ ਕਾਲੇ ਅੱਖਰਾਂ 'ਚ ਪੰਥਕ ਕੋਟਰਾ ਨੇ ਨਾਂ ਲਿਖ ਰਹੇ ਇਹਨਾਂ ਨੂੰ ਉਮੀਦ ਨਹੀਂ ਲੱਗਦੀ ਕਿ ਇਹਨਾਂ ਦੇ ਕਹਿਣ ਤੇ ਕੋਈ ਵੋਟਾਂ ਪਾਏਗਾ ਇਹਨਾਂ ਨੂੰ ਕੋਈ ਸਹਿਯੋਗ ਦੇਵੇ ਇਹ ਜੋ ਕਤਰਤਾ ਹੋਈ ਤੁਹਾਨੂੰ ਪਤਾ ਹੋਣਾ ਚਾਹੀਦਾ 1979 'ਚ ਜਗਦੇਵ ਸਿੰਘ ਤਲਵੰਡੀ ਸੀਗੇ ਪ੍ਰਧਾਨ ਤਾਂ ਉਹਨਾਂ ਨੂੰ ਤਨਖਾਹਿਆ ਆਕਰਾਰ ਦਿੱਤਾ ਗਿਆ ਤਾਂ ਇਦਾਂ ਦਾ ਹੀ ਮਾਹੌਲ ਸੀਗਾ ਵੱਡਾ ਘੱਟ ਸੀਗਾ ਲੋਕਾਂ ਦੇ ਅੰਦਰ ਬੜੀ ਐਕਸਾਈਟਮੈਂਟ ਸੀ ਔਰ ਉਹ ਇਸੇ ਤਰ੍ਹਾਂ ਹੀ ਨਿਪਟਿਆ ਇਹ ਉਸ ਤੋਂ ਵੀ ਵੱਡਾ ਇਹ 1979 ਵਾਲੇ ਅਕਾਲ ਤਖਤ ਉੱਪਰ ਹੋਈ ਇਕਤਰਤਾ ਤੋਂ ਵੀ ਵੱਡਾ ਔਰ ਇਹਦੇ ਵਿੱਚ ਤਾਂ 17 ਦਾ ਮੰਤਰੀ ਸਾਬਕਾ ਜਿਹੜੇ ਨੂੰ ਉਹਨਾਂ ਨੂੰ ਬੁਲਾਇਆ ਗਿਆ ਸੋ ਐਸਜੀਪੀਸੀ ਦੀ ਐਗਜ਼ੀਕਟਿਵ ਕਮੇਟੀ 2015 ਚ ਜਿਸ ਨੇ ਕੇ 90 ਲੱਖ ਰੁਪਏ ਦੇ ਦਿੱਤੇ ਸੀਗੇ ਹਸਤਿਆਰ ਦੀ ਪੇਮੈਂਟ ਕੀਤੀ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਸੋ ਇਹ ਜੋ ਫੈਸਲਾ ਹੁਣ ਪਾਰਟੀ ਕੀ ਕੌਣ ਚਲਾਏਗਾ ਪਾਰਟੀ ਲਈ ਇੱਕ ਕਮੇਟੀ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਨਾਉਂਸ ਕੀਤੀ ਗਈ ਹੈ ਉਹਦੇ ਚ ਪੰਜ ਮੈਂਬਰ ਸੀਗੇ ਪਰ ਬਾਅਦ ਵਿੱਚ ਉਹਨਾਂ ਨੇ ਦੋ ਮੈਂਬਰ ਹੋਰ ਐਡ ਕੀਤੇ ਸੋ ਪਹਿਲੇ ਮੈਂਬਰਾਂ ਵਿੱਚ ਸਨ ਹਰਜਿੰਦਰ ਸਿੰਘ ਧਾਮੀ ਮਨਪ੍ਰੀਤ ਸਿੰਘ ਅਯਾਲੀ ਐਮ ਐਲ ਏ ਬੀਬੀ ਸਤਵੰਤ ਕੌਰ ਇਹ ਉਥੋਂ ਦੀ ਐਜੂਕੇਸ਼ਨ ਦੀ ਡਾਇਰੈਕਟਰ ਹਨ ਐਸ ਜੀ ਪੀ ਸੀ ਵਿੱਚ ਅਤੇ ਇਹਨਾਂ ਦਾ ਜੋ ਵਿਰਾਸਤ ਹੈ ਉਹ ਦਮਦਮੀ ਟਕਸਾਲ ਹੈ ਅਮਰੀਕ ਸਿੰਘ ਜੋ 6 ਸਟੂਡੈਂਟ ਫੈਡਰੇਸ਼ਨ ਵਾਲੇ ਜੋ ਕਿ ਅਕਾਲ ਤਖਤ ਉੱਪਰ ਹੋਏ ਹਮਲੇ ਵਿੱਚ ਜਿਹੜੇ ਮਾਰੇ ਗਏ ਸ਼ਹੀਦ ਹੋ ਗਏ ਉਹਨਾਂ ਦੀ ਬੇਟੀ ਆ ਫਿਰ ਆ ਗਿਆ ਇਕਬਾਲ ਸਿੰਘ ਝੁੰਦਾ ਇਕਬਾਲ ਸਿੰਘ ਝੁੰਦਾ ਬੜੀ ਪ੍ਰੋਮਿਨੈਂਟ ਜਿਹੜੀ ਝੁੰਦਾ ਕਮੇਟੀ ਰਿਪੋਰਟ ਹੈ ਜੋ ਇਹਨਾਂ ਨੇ ਤਿਆਰ ਕੀਤੀ ਸੀ ਉਸ ਨੂੰ ਉਹਨਾਂ ਨੂੰ ਵੀ ਪਾਇਆ ਗਿਆ ਇੱਥੇ ਮੈਂ ਇੱਕ ਗੱਲ ਬੜੀ ਸੰਕੇਤਕ ਤੌਰ ਤੇ ਤੁਹਾਨੂੰ ਦੱਸਣੀ ਚਾਹਨਾ ਇਹ ਝੁੰਡਾ ਕਮੇਟੀ ਸੀ ਜਿਹੜੀ ਕੇ ਸੁਖਬੀਰ ਬਾਦਲ ਦੀ ਜੜ੍ਹਾਂ 'ਚ ਬਹਿ ਗਈ ਇਸ ਕਮੇਟੀ ਵਿੱਚ ਇਹ ਰეკਮੈਂਡ ਕੀਤਾ ਗਿਆ 100 ਤੋਂ ਵੱਧ ਜਿਹੜੀਆਂ ਅਸੈਂਬਲੀ ਸੀਟਾਂ ਦੇ ਵਿੱਚ ਗਏ ਕਮੇਟੀ ਮੈਂਬਰ ਔਰ ਉਥੋਂ ਲੀਡਰਾਂ ਦੇ ਜਥੇਦਾਰਾਂ ਦੇ ਵਿਊਜ਼ ਲਏ ਗਏ ਕਿ ਜਿਹੜੀ ਹਾਰ ਹੋਈ ਹੈ 2022 ਵਿੱਚ ਸਿਰਫ 3 ਸੀਟਾਂਆਂ ਉਹਦਾ ਕੀ ਹਾਲ ਹੈ ਤਾਂ ਉਹਦੇ ਵਿੱਚ ਇਹ ਰეკਮੈਂਡਡ ਸੀਗਾ ਕਿ ਜਿਹੜੀ ਜੋ ਕਿ ਉਹ ਲੀਡਰਸ਼ਿਪ ਹੈ ਇਹ ਸਾਰੀ ਨੂੰ ਹਟਾਇਆ ਜਾਏ ਅਤੇ ਨਵੀਂ ਲੀਡਰਸ਼ਿਪ ਲੈ ਆਂਦੀ ਜਾਏ ਸੁਖਬੀਰ ਬਾਦਰ ਵੱਲ ਸਪੈਸ਼ਲੀ ਉਹਨਾਂ ਨੇ ਕਿਹਾ ਸੀ ਕਿ ਏਸ ਨੂੰ ਪਾਰਟੀ ਪ੍ਰਧਾਨ ਤੋਂ ਹਟਾ ਦੇਣਾ ਚਾਹੀਦਾ ਸੋ ਫਿਰ ਆ ਗਏ ਜੀ ਇਹ ਤਾਂ ਹੋ ਗਏ ਪੰਜ ਮੈਂਬਰ ਇਹਦੇ ਵਿੱਚ ਪੰਜਵੇਂ ਮੈਂਬਰ ਸਨ ਗੁਰਕਿਰਪਾਲ ਸਿੰਘ ਵਡਾਲਾ ਇਹ ਤਾਂ ਅਨਾਉਂਸਮੈਂਟ ਹੋਈ ਸੀ ਅਕਾਲ ਤਖਤ ਸਾਹਿਬ ਦੀ ਹਸੀਲ ਤੋਂ ਪਰ ਇਸ ਤੋਂ ਬਾਅਦ ਦੋ ਹੋਰ ਮੈਂਬਰ ਜੋ ਐਡ ਕੀਤੇ ਗਏ ਉਹਨਾਂ ਦੇ ਨਾਮ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਇਹ ਕਈ ਵਾਰੀ ਰਹ ਚੁੱਕੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਇਹਨਾਂ ਦੇ ਨਾਲ ਆਣ ਲੁਧਿਆਣੇ ਦੇ ਜਥੇਦਾਰ ਸੰਤ ਸਿੰਘ ਉਮੈਦਪੁਰੀ ਉਮੈਦਪੁਰੀ ਇਹ ਜਿਹੜੀ ਸੁਧਾਰ ਲਹਿਰ ਸੀ ਇਹ ਉਹਨਾਂ ਨਾਲ ਸੀਗੇ ਇਹ ਬੜੇ ਇਮਾਨਦਾਰ ਵੀ ਔਰ ਵਧੀਆ ਇਹਨਾਂ ਨੂੰ ਮੰਨਿਆ ਜਾਂਦਾ ਸਿੱਖ ਇਮਾਨਦਾਰਾਂ ਨੇ ਉਹਦੇ ਜਿਹੜਾ ਸਿਲੈਕਸ਼ਨ ਬੋਰਡ ਸੀਗਾ ਪੰਜਾਬ ਦਾ ਉਹਦੇ ਚੇਅਰਮੈਨ ਵੀ ਰਹੇ ਔਰ ਇਹਨਾਂ ਦਾ ਬੜਾ ਲੰਮਾ ਸਮਾਂ ਸਿੱਖ ਪੰਥ ਦੀ ਸੇਵਾ ਕੀਤੀ ਹੈ ਸੋ ਇਹ ਜਿਹੜੀ ਸੁਧਾਰ ਲਹਿਰ ਹੈ ਉਹਦੇ ਵਿੱਚੋਂ ਦੂਸਰੇ ਮੈਂਬਰ ਹਨ ਉਮੇਦਪੁਰੀ ਇਕ ਖਾਨ ਗੁਰਕ੍ਰਿਪਾਲ ਸਿੰਘ ਵਡਾਲਾ ਸੋ ਹੁਣ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਇਹ ਸਾਰੀ ਜੋ ਭਰਤੀ ਹੋਣੀ ਹੈ ਨਵੇਂ ਸਿਰੇ ਤੋਂ ਪੁਰਾਣੇ ਮੈਂਬਰ ਵੀ ਰਹਿਣਗੇ ਹੋਰ ਭਰਤੀ ਹੋਏਗੀ ਉਸ ਦੀ ਸੁਪਰਵੀਜ਼ਨ ਇਹ ਹੋਏਗੀ ਔਰ ਇਹਨਾਂ ਦੇ ਉੱਪਰ ਅਕਾਲ ਤਖਤ ਸਾਹਿਬ ਦੀ ਨਿਗ੍ਹਾ ਰਹੇਗੀ ਕਿ ਇਹਦੇ ਵਿੱਚ ਕੋਈ ਹੈਂਕੀ ਬੈਂਕੀ ਨਾ ਹੋਵੇ ਰਫੇਰੀ ਨਾ ਹੋਵੇ ਔਰ ਹਰ ਜਿਹੜਾ ਮੈਂਬਰ ਹੈ ਉਸ ਨੂੰ ਆਪਣਾ ਆਧਾਰ ਕਾਰਡ ਨਾਲ ਲਾਣਾ ਪਏਗਾ ਆਪਣੀ ਮੈਂਬਰਸ਼ਿਪ ਫਾਰਮ ਦੇ ਕੋਈ ਜਾਲੀ ਜੋ ਹੈ ਉਹ ਪਰਤੀ ਨਹੀਂ ਹੋਏਗੀ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਪੁਰਾਣੇ ਸਾਬਕਾ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਬਹੁਤ ਸਾਰੇ ਲੀਡਰ ਜੋ ਕਿ ਘਰਾਂ 'ਚ ਚੁੱਪਚਾਪ ਬੈਠੇ ਸੀ ਚਾਹੇ ਉਹਨਾਂ ਦੀ ਬਾਦਲ ਅਕਾਲੀ ਦਲ ਨਾਲ ਨਾ ਸਿਆਸੀ ਅਤੇ ਨਾ ਦੂਸਰੀ ਸੋਚ ਮਿਲਦੀ ਸੀ ਸਮਾਜਿਕ ਧਾਰਮਿਕ ਔਰ ਜਿਸ ਡਿਕਟਰ ਟੇਟਰ ਦੇ ਰੂਪ ਵਿੱਚ ਪ੍ਰਕਾਸ਼ ਸਿੰਘ ਬਾਦਲਕ ਬਾਦਲ ਕਾਲੀ ਦਲ ਨੂੰ ਚਲਾ ਰਹੇ ਸੀ ਅਤੇ ਉਹਨਾਂ ਨੇ ਜੋ ਪਾਰਟੀ ਪਰવાર ਬਾਤ ਵਧਾਇਆ ਵੰਸ਼ਵਾਦ ਵਧਾਇਆ ਜਿਸ ਤਾਕੇ ਸਿੱਖ ਕੌਮ ਨੂੰ ਬਹੁਤ ਨੁਕਸਾਨ ਹੋਇਆ ਸੋ ਇਹ ਮੈਂ ਇਹ ਦੱਸਣਾ ਚਾਹਨਾ ਕਿ ਕੱਲ 2 ਦਸੰਬਰ 2024 ਨੂੰ ਬਾਦਲ ਕਾਲੀ ਦਲ ਹਤਿਆਸ ਦੇ ਪੰਨਿਆਂ 'ਚੋਂ ਖਤਮ ਹੋ ਚੁੱਕਾ ਹੈ ਔਰ ਹੁਣ ਇਸ ਨੂੰ ਨਵੀਂ ਲੀਡਰਸ਼ਿਪ ਜਿਹੜੀ ਇਹ ਸ਼ਰੋਮਣੀ ਅਕਾਲੀ ਦਲ ਬਣਾ ਕੇ ਉਸ ਨੂੰ ਚਲਾਏਗੀ ਉਹਦੀ ਬ੍ਰੈਕਟ ਵਿੱਚ ਬਾਦਲ ਸ਼ਬਦ ਨਹੀਂ ਹੋਏਗਾ ਹੁਣ ਬਣੇਗਾ ਸ਼ਰੋਮਣੀ ਅਕਾਲੀ ਦਲ ਸੋ ਨਵੇਂ ਸਿਰਿਓਂ ਉਹਦਾ ਸਟਰਕਚਰ ਬਣੇਗਾ ਨਵੇਂ ਲੀਡਰ ਬਣਨਗੇ ਨਵੇਂ ਪ੍ਰੈਜ਼ੀਡੈਂਟ ਬਣਨਗੇ ਨਵੇਂ ਆਫਿਸ ਬੀਰ ਨਵੀਂ ਕੋਰ ਕਮੇਟੀ ਨਵੀਂ ਵਰਕਿੰਗ ਕਮੇਟੀ ਅਤੇ ਨਵੇਂ ਸਾਰੇ ਜਥੇਦਾਰ ਜ਼ਿਲ੍ਹਕਾਂ ਦੇ ਲਾਏ ਜਾਣਗੇ कल जो आदेश जारी ਕੀਤਾ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਉਹਦੇ ਵਿੱਚ ਉਹਨਾਂ ਨੇ ਜਿਹੜਾ ਪੁਰਾਣਾ ਸਟਰਕਚਰ ਹੈ ਉਹ ਸਾਰਾ ਹੀ ਖਤਮ ਕਰਤਾ ਕੋਈ ਆਫਿਸ ਵੀਰ ਨਹੀਂ ਕੋਈ ਕਮੇਟੀ ਨਹੀਂ ਔਰ ਉਹਨਾਂ ਨੇ ਆਦੇਸ਼ ਵੀ ਦੇ ਦਿੱਤੇ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸੀ ਇਹ ਵੀ ਆਪਣੇ ਸਾਰੇ ਜੋ ਇਹਨਾਂ ਦੀਆਂ ਇਹਨਾਂ ਨੇ ਕਮੇਟੀਆਂ ਜਾਂ ਜੋ ਵੀ ਇਹਨਾਂ ਦੀ ਹੈਗਨ ਪੋਲੀਟੀਕਲ ਵਿੰਗ ਜਾਂ ਉਹ ਸਾਰੇ ਵਾਈਂਡ ਅਪ ਕਰਕੇ ਅਤੇ ਇਹ ਅਕਾਲੀ ਦਲ ਨੂੰ ਸਟਰੋਂਗ ਕਰਨ ਵਿੱਚ ਯੋਗਦਾਨ ਪਾਣ ਸੋ ਹੁਣ ਸਿਰਫ 21 ਸ਼੍ਰੋਮਣੀ ਅਕਾਲੀ ਦਲ ਹੋਵੇਗਾ ਅਤੇ ਉਸ ਅਕਾਲੀ ਦਲ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਹੈ ਉਹਨਾਂ ਵਿੱਚ ਹੀ ਕੰਮ ਕਰੇਗੀ ਮਰਜ਼ ਕਰੇਗੀ ਉਹਨਾਂ ਵਿੱਚੋਂ ਹੀ ਉਹਨਾਂ ਦੇ ਵੱਡੇ ਲੀਡਰ ਜਿਹੜੇ ਨੂੰ ਵਾਪਸ ਆ ਜਾਣਗੇ ਕੁਝ ਕਿਤੇ ਮੈਂ ਨਾਂ ਦੱਸਣਾ ਜਾਣਾ ਪਰਮਜੀਤ ਕੌਰ ਜੋਗੇ ਤਲਵੰਡੀ ਜਗਦੇਸ਼ ਸਿੰਘ ਤਲਵੰਡੀ ਦੀ ਬੇਟੀ ਹੈ ਇਸੇ ਤਰ੍ਹਾਂ ਮਿਸਿਸ ਗੁਲਸ਼ਨ ਉਹ ਵੀ ਤਨਨਾ ਸਿੰਘ ਗੁਲਸ਼ਨ ਜੋ ਹੋਇਨਸਰਟ ਸਾਹਿਬ ਦਾ ਐਜੂਕੇਸ਼ਨ ਮਨਿਸਟਰ ਸੀ ਕੇਂਦਰ ਤੋਂ ਉਹਨਾਂ ਦੀ ਬੇਟੀ ਹੈ ਇਸ ਤਰ੍ਹਾਂ ਹੋਰ ਕਈ ਪਰਿਵਾਰ ਜਿਵੇਂ ਬੀਬੀ ਕਰਨਜੋਤ ਕੌਰ ਆ ਇਹ ਦੋਤੀ ਹਨ ਸਰਦਾਰ ਮਾਸਟਰ ਤਾਰਾ ਸਿੰਘ ਹੋਰਾਂ ਦੀ ਸੋ ਇਹ ਬੜੇ ਜਿਹੜੇ ਵਿਰਸੇ ਵਾਲੇ ਸਿੱਖ ਪੰਥ ਦੇ ਵੱਡੇ ਵੱਡੇ ਲੀਡਰਾਂ ਦੇ ਇਹਨਾਂ ਕੋਲ ਵਿਰਾਸਤ ਹੈ ਇਹ ਸਾਰੇ ਹੁਣ ਜਿਹੜੀ ਨਵਾਂ ਸ਼ਰੋਮਣੀ ਅਕਾਲੀ ਦਲ ਹੋਂਦ ਵਿੱਚ ਆਣਾ ਉਹਦਾ ਹਿੱਸਾ ਬਣਨਗੇ ਅਤੇ ਇਹ ਨਵੇਂ ਫੈਸਲੇ ਅਜ योगदान पाणਗੇ 6 ਮਹੀਨੇ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਨਮਾ ਹੌਂਦ ਵਿੱਚ ਆਏਗਾ। ਤੋਂ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਅਤੇ ਫਿਰ ਆਵਾਂਗੇ ਇੱਕ ਹੋਰ ਅਹਿਮ ਮੁੱਦੇ ਤੇ ਇੱਕ ਨਵੀਂ ਵੀਡੀਓ ਲੈ ਕੇ ਤੋਂ ਤਦ ਤੱਕ ਸਾਨੂੰ ਆਗਿਆ ਦਿਓ। ਧੰਨਵਾਦ ਸਤਿ ਸ੍ਰੀ ਅਕਾਲ।